ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਇਹ ਸਾਡੇ ਪਿੰਡ ਦੇ ਠੇਕੇਦਾਰਾਂ ਦੀ ਗੁੰਡਾਗਰਦੀ ਹੈ ਜੀ। ਉਹਨੂੰ ਬੰਦ ਕਰਨ ਦੇ ਖਿਲਾਫ ਇਹ ਧਰਨਾ ਲਾਇਆ। ਇਹ ਪੰਜ ਸੱਤ ਗੱਡੀਆਂ ਭਰ ਲਿਆਉਂਦੇ ਆ ਗੁੰਡਿਆਂ ਦੀਆਂ, ਪਿੰਡ ਦੇ ਵਿੱਚ ਆ ਕੇ ਗੁੰਡਾਗਰਦੀ ਕਰਦੇ ਆ। ਸਾਡੇ ਪਿੰਡ ਜੋ ਠੇਕੇਦਾਰ ਉਹ ਛਰਿਆਂ ਗੁੰਡਾਗਰਦੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਗਿੱਦੜਬਾਹਾ ਦੇ ਨੇੜੇ ਪਿੰਡ ਗਿਰਜੇਵਾਲਾ ਦੇ ਨਿਵਾਸੀਆਂ ਨੇ ਪਿੰਡ ਦੇ ਵਿੱਚ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਅੱਜ ਮੋਰਚਾ ਖੋਲ ਦਿੱਤਾ। ਇਸ ਠੇਕੇ ਤੋਂ ਲੋਕ ਬੀਤੇ ਲੰਬੇ ਸਮੇਂ ਤੋਂ ਪਰੇਸ਼ਾਨ ਸਨ, ਜਿਸ ਕਰਕੇ ਅੱਜ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਸ਼ਰਾਬ ਦਾ ਠੇਕਾ ਉੱਥੋਂ ਚੁਕਵਾਉਣ ਦੀ ਮੰਗ ਕੀਤੀ ਗਈ ਅਤੇ ਜ਼ਬਰਦਸਤ ਧਰਨਾ ਪ੍ਰਦਰਸ਼ਨ ਕੀਤਾ ਗਿਆ ਠੇਕੇਦਾਰਾਂ ਦੇ ਖਿਲਾਫ। ਇਸ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਪਿੰਡ ਦੇ ਸਰਪੰਚ ਨਿਰਮਲ ਸਿੰਘ ਅਤੇ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਸ਼ਰਾਬ ਦਾ ਠੇਕਾ ਬਿਲਕੁਲ ਬੱਸ ਸਟੈਂਡ ਦੇ ਉੱਤੇ ਹੈ ਅਤੇ ਕੁਝ ਹੀ ਦੂਰੀ ਤੇ ਇੱਕ ਧਾਰਮਿਕ ਸਥਾਨ ਵੀ ਹੈ। ਇਸ ਠੇਕੇ ਦੇ ਕਰਕੇ ਸਾਡੀਆਂ ਧਾਰਮਿਕ ਭਾਵਨਾਵਾਂ ਆਹਤ ਹੁੰਦੀਆਂ ਨੇ ਤੇ ਦੂਸਰੇ ਪਾਸੇ ਜਵਾਨ ਪੀੜ੍ਹੀ ਵਿਗੜਦੀ ਹੈ, ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ। ਹੋਰ ਕੀ ਕੁਝ ਕਿਹਾ, ਆਓ ਮਾਰਦੇ ਹਾਂ ਇੱਕ ਨਜ਼ਰ। ਠੇਕੇਦਾਰਾਂ ਦੀ ਗੁੰਡਾਗਰਦੀ ਬੰਦ ਕਰੋ, ਬੰਦ ਕਰੋ। ਠੇਕੇਦਾਰਾਂ ਦੀ ਗੁੰਡਾਗਰਦੀ ਬੰਦ ਕਰੋ, ਬੰਦ ਕਰੋ। ਠੇਕੇਦਾਰਾਂ ਦੀ ਗੁੰਡਾਗਰਦੀ ਬੰਦ ਕਰੋ, ਬੰਦ ਕਰੋ। ਠੇਕਾ ਸਾਡੇ ਪਿੰਡੋਂ ਬਾਹਰ ਕਰੋ, ਠੇਕਾ ਸਾਡੇ ਪਿੰਡੋਂ ਬਾਹਰ ਕਰੋ, ਬਾਹਰ ਕੱਢੋ। ਗਿਰਜੇ ਵਾਲੇ ਤੋਂ ਜੀ, ਇਹ ਸਾਡੇ ਪਿੰਡ ਦੇ ਠੇਕੇਦਾਰਾਂ ਦੀ ਗੁੰਡਾਗਰਦੀ ਹੈ ਜੀ। ਉਹਨੂੰ ਬੰਦ ਕਰਨ ਦੇ ਖਿਲਾਫ ਇਹ ਧਰਨਾ ਲਾਇਆ। ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਤੋਂ ਜਿਹੜਾ ਠੇਕਾ ਹੈ 2-3 ਕਿਲੋਮੀਟਰ ਦੂਰ ਕੀਤਾ ਜਾਵੇ, ਕਿਉਂਕਿ ਘਰਾਂ 'ਚ ਹੈ ਇਹ 5-7 ਗੱਡੀਆਂ ਭਰ ਲਿਆਉਂਦੇ ਆ ਗੁੰਡਿਆਂ ਦੀਆਂ, ਪਿੰਡ ਦੇ ਵਿੱਚ ਆ ਕੇ ਗੁੰਡਾਗਰਦੀ ਕਰਦੇ ਆ। ਇਹਨਾਂ ਨੂੰ ਪੰਚਾਇਤ ਨੇ ਵੀ ਬੇਨਤੀ ਕੀਤੀ ਹੈ ਬਹੁਤ ਵਾਰ, ਪਰ ਇਹ ਬੰਦ ਨਹੀਂ ਕਰਦੇ। ਇੱਥੇ ਆ ਕੇ ਇਹ ਸਾਡੇ ਬੱਸ ਸਟੈਂਡ ਵੀ ਨੇੜੇ ਆ ਗਿਆ, ਘਰ ਵੀ ਨੇੜੇ ਆ ਗਏ। ਇੱਥੇ ਬੁੜੀਆਂ ਬੈਠਦੀਆਂ ਸਾਰਾ ਦਿਨ, ਇਹ ਜਿਹੜੇ ਇੱਥੇ ਗੇੜੇ ਕੱਢਦੇ ਰਹਿੰਦੇ ਆ। ਅਸੀਂ ਇਹਨਾਂ ਨੂੰ ਬਹੁਤ ਵਾਰ ਬੇਨਤੀ ਕੀਤੀ ਹੈ, ਪਰ ਇਹ ਬੰਦ ਨਹੀਂ ਹੁੰਦੇ। ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਵੀ ਇਹ ਮੇਨ ਰੋਡ 'ਤੇ ਠੇਕਾ, ਇੱਕ ਤਾਂ ਇੱਕ ਪਿੰਡ ਦੇ ਨੇੜੇ ਹੈ, ਇਸ ਨੂੰ ਜਿਹੜਾ ਹੈਗਾ ਦੂਰ ਕੀਤਾ ਜਾਵੇ। ਜਿੰਨਾ ਚਿਰ ਇਹ ਦੂਰ ਨਹੀਂ ਆਉਂਦਾ ਉਨੇ ਚਿਰ ਵਾਸਤੇ ਇਹਨੂੰ ਸੀਲ ਕੀਤਾ ਜਾਵੇ। ਪਿੰਡ ਗਿਲਜੀ ਵਾਲੇ ਦਾ ਵਾਸੀ ਹਾਂ। ਸਾਡੇ ਪਿੰਡ ਜੋ ਠੇਕੇਦਾਰ ਉਹ ਛਰਿਆਂ ਗੁੰਡਾਗਰਦੀ ਕਰਦੇ ਆ। ਸਾਡੇ ਠੇਕਾ ਜਿਹੜਾ ਉਹ ਅੱਡੇ ਦੇ ਬੱਸ ਸਟੈਂਡ ਦੇ ਬਿਲਕੁਲ ਕੋਲ ਨਜ਼ਦੀਕ ਆ, ਪਰ ਉਹ ਛਰਿਆਂ ਇੱਥੇ ਗੇੜੇ ਮਾਰਦੇ ਹੈਗੇ ਆ, 20-20 ਗੁੰਡੇ ਲਿਆਉਂਦੇ ਹੈਗੇ ਆ। ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਜੀ। ਅੱਜ ਪਿੰਡ ਗਿਲਜੀ ਵਾਲੇ ਜਿਹੜਾ ਹੈਗਾ ਇੱਥੇ ਧਰਨਾ ਦਿੱਤਾ ਗਿਆ ਸਰ, ਅਤੇ ਉੱਥੇ ਕਲੱਬ ਦੇ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੇ ਕੁਛ ਨਾਅਰੇਬਾਜ਼ੀ ਕਰਕੇ ਉੱਥੇ ਰੋਸ ਪ੍ਰਦਰਸ਼ਨ ਕੀਤਾ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਕਲੱਬ ਦੇ ਮੈਂਬਰਾਂ ਨੇ ਉੱਥੇ ਮਤਲਬ ਇਹ ਮੁਜ਼ਾਹਰਾ ਕੀਤਾ, ਰੋਸ ਮੁਜ਼ਾਹਰਾ ਕੀਤਾ, ਉਹ ਬਿਲਕੁਲ ਸਹੀ ਕੀਤਾ, ਕਿਉਂਕਿ ਉਹ ਜਿਹੜਾ ਠੇਕਾ ਹੈਗਾ ਉਹ ਬਿਲਕੁਲ ਬੱਸ ਸਟੈਂਡ ਦੇ ਨਜ਼ਦੀਕ ਹੈਗਾ, ਅਤੇ ਇੱਕ ਉੱਥੇ ਸਾਡੀ ਧਾਰਮਿਕ ਜਗ੍ਹਾ ਵੀ ਹੈਗੀ ਆ ਸਿੱਤਲ ਕਰਾਓ, ਅਤੇ ਉੱਥੇ ਆਸੇ ਪਾਸੇ ਢਾਣੀਆਂ ਵੀ ਆ। ਅਸੀਂ ਇਹੀ ਮੰਗ ਕਰਦੇ ਹਾਂ ਕਿ ਵੀ ਇਹ ਠੇਕਾ ਪਿੰਡ ਤੋਂ ਘੱਟੋ ਘੱਟ 1-2 ਕਿਲੋਮੀਟਰ ਵਾਰਡ ਮਤਲਬ ਪਿੰਡ ਤੋਂ ਬਾਹਰ ਹੋਣਾ ਚਾਹੀਦਾ। ਬਾਕੀ ਜਿਹੜੇ ਠੇਕੇਦਾਰ ਹੈਗੇ ਆ ਇਹ ਸਾਡੇ ਪਿੰਡ ਦਾ ਵੀ ਮਤਲਬ ਚੱਕਰ ਲਗਾਉਂਦੇ ਰਹਿੰਦੇ ਆ, ਡੇਲੀ 10-10 ਗੇੜੇ 8-8 ਗੇੜੇ ਲਾਉਂਦੇ ਰਹਿੰਦੇ ਆ, ਕਿ ਪਿੰਡ ਜਿਨ੍ਹਾਂ ਨੇ ਦਹਿਸ਼ ਦਾ ਮਾਹੌਲ ਬਣਾ ਕੇ ਰੱਖਿਆ ਜੀ। ਨਾਲ ਇਹਨਾਂ ਦੇ ਮੁੰਡੇ ਹੁੰਦੇ ਆ ਜਿਨ੍ਹਾਂ ਕੋਲ ਦਸਤੇ ਹੁੰਦੇ ਆ, ਅਤੇ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਵੀ ਨੱਥ ਪਾਈ ਜਾਵੇ, ਅਤੇ ਇਹ ਠੇਕਾ ਵੀ ਸਾਡੇ ਪਿੰਡ ਤੋਂ ਮਤਲਬ ਜਿਹੜੀ ਵਸੋਂ ਵਾਲੀ ਜਗ੍ਹਾ ਉੱਥੋਂ ਮਤਲਬ ਬਾਹਰ ਸ਼ਿਫਟ ਹੋਵੇ। ਉੱਥੇ ਸਕੂਲ ਵੀ ਆ, ਛੋਟੇ ਛੋਟੇ ਬੱਚੇ ਜਾਂਦੇ ਆ, ਉਹਨਾਂ ਦੇ ਇਹ ਚੀਜ਼ਾਂ ਦਾ ਬੁਰਾ ਪ੍ਰਭਾਵ ਪੈਂਦਾ ਜੀ। ਅਸੀਂ ਇਹੀ ਸੰਬੰਧਿਤ ਅਧਿਕਾਰੀਆਂ ਨੂੰ ਵੀ ਅਸੀਂ ਮਤਲਬ ਆਹ ਪੰਚਾਇਤ ਦੇ ਰੂਪ 'ਚ ਅਸੀਂ ਮਿਲਾਂਗੇ 1-2 ਦਿਨ ਤੱਕ, ਅਤੇ ਜੇ ਸਾਡਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਉਹ ਕਲੱਬ ਵਾਲੇ ਜੋ ਵੀ ਮੁੰਡੇ ਹੈਗੇ ਆ ਸਾਡਾ, ਉਹਨਾਂ ਨਾਲ ਮਤਲਬ 100% ਅਸੀਂ ਕੋਆਪਰੇਟ ਕਰਾਂਗੇ, ਸਾਡਾ ਉਹਨਾਂ ਨੂੰ ਸਹਿਯੋਗ ਹੈਗਾ, ਅਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗੇ।
ਇਸ ਸਾਰੇ ਮਸਲੇ ਤੇ ਜਦੋਂ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਠੇਕਾ ਸਰਕਾਰੀ ਮਨਜ਼ੂਰੀ ਦੇ ਨਾਲ ਹੀ ਚਲਾਇਆ ਜਾ ਰਿਹਾ ਹੈ ਤੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਗੁਰਪਿਆਰੋ, ਬੇਸ਼ੱਕ ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾਉਂਦੀਆਂ ਹੋਣ ਕਿ ਉਹ ਨਸ਼ੇ ਤੇ ਪਾਬੰਦੀ ਲਗਾ ਰਹੀਆਂ ਨੇ, ਉਹ ਨਸ਼ੇ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਪਰ ਸਭ ਤੋਂ ਵੱਧ ਰੈਵਨਿਊ ਸਰਕਾਰਾਂ ਵੀ ਨਸ਼ੇ ਤੋਂ ਹੀ ਕਮਾਉਂਦੀਆਂ ਨੇ। ਜੇਕਰ ਸਰਕਾਰਾਂ ਵਾਕਈ ਹੀ ਪੰਜਾਬ 'ਚੋਂ ਨਸ਼ਾ ਮੁਕਾਉਣਾ ਚਾਹੁੰਦੀਆਂ ਨੇ ਤਾਂ ਸਰਕਾਰਾਂ ਦਾ ਪਹਿਲਾ ਫਰਜ਼ ਬਣਦਾ ਹੈ ਕਿ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ, ਥਾਂ ਥਾਂ 'ਤੇ ਖੁੱਲ੍ਹੇ ਹੋਏ ਖੋਖੇ ਬੰਦ ਕੀਤੇ ਜਾਣ, ਵੱਡੇ ਵੱਡੇ ਹੋਟਲਾਂ ਦੇ ਵਿੱਚ ਬਾਰ ਬੰਦ ਕੀਤੇ ਜਾਣ ਤਾਂ ਪੰਜਾਬ ਆਪੇ ਹੀ ਨਸ਼ਾ ਮੁਕਤ ਹੋ ਜਾਵੇਗਾ। ਪਰ ਜੇਕਰ ਸਰਕਾਰਾਂ ਇਹ ਕੰਮ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਸਰਕਾਰਾਂ ਆਪ ਇਹ ਸੋਚ ਬੈਠਦੀਆਂ ਨੇ ਕਿ ਸਾਡੀਆਂ ਜੇਬਾਂ ਕਿੱਥੋਂ ਭਰਨਗੀਆਂ, ਕਿਉਂਕਿ ਇੱਕ ਨੰਬਰ ਦੀ ਗੱਲ ਹੋਵੇ ਜਾਂ ਦੋ ਨੰਬਰ ਦੀ, ਸਭ ਤੋਂ ਵੱਧ ਕਮਾਈ ਸਰਕਾਰਾਂ ਇਸੇ ਨਸ਼ੇ ਦੇ ਸਿਰ ਤੋਂ ਕਰਦੀਆਂ ਨੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਸੁਣੀ ਡਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।